ਪੰਜਾਬੀ ਰੇਡੀਓ ਚ ਵਾਸ ਸੌਂ ਰਾਇ ਸਾਰੀ ਸਰੋਤਿਆ ਨੂੰ ਬਲਵਿੰਦ ਕੌਰ ਬਲੋਕ ਪਿਆਰ ਪ੍ਰੈਸ ਸੱਸੀਗਾ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਸ ਪੰਨਾ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਆ ਬੱਪਰਿਆ ਖਬਰਾਂ ਤੇ ਨਜ਼ਰ ਮਾਰਾਂਗੇ ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਤਾਂ ਜਿਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਾਬ ਤੱਕ ਪਹੁੰਚਾਇਆ ਕਲਸਾਨ ਇੰਸ਼ੋਰੈਂਸ ਏਜੰਸੀ 4082722500 ਘਰਾਂ ਦੀ ਕਾਰਾਂ ਦੀ ਲਾਈਫ ਦੀ ਹੈਲਥ ਦੀ ਅੰਸ਼ੁਰਸ ਕਰਦੇ ਨੇ ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ ਗਰਤੀਪ ਸਿੰਘ ਪਤਿ ਕੋ ਲੋਸਤਨਾਮ ਸਿੰਘ ਸ਼ਿਰਕਤ ਸਲਮਾ ਮਨਜੀਤ ਸਿੰਘ ਦਿਵਾਨਾ ਫਰਜ਼ ਨੂੰ ਗੁਰਚਰਨ ਸਿੰਘ ਜੀ ਬਿਕਰਸਫੀਲਡ ਜੈਂਡਰ ਹੋਮ ਲੋਨ ਵਾਲੇ ਮਹਾਂਜੀ ਮਾਜੀ 5599052575 ਤੁਰਕੇ ਆਣਾ ਇਮੀਗ੍ਰੇਸ਼ਨ ਲਾ ਪਰਮ 4159090503 ਬਹੁਤ ਬਹੁਤ ਧੰਨਵਾਦ ਕਰਦੇ ਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹੋ ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨਵਲ ਤੇ ਸਾਨੂੰ ਸასი ਸ਼ਾਲ ਸਵਾਗਤ ਹੈ ਜੀ ਸ਼ਕਲ ਦੀ ਧੰਨਵਾਦ ਜੀ ਮਿਹਰਬਾਨੀ ਆ ਗੱਲ ਕਰਦੇ ਆ ਆ ਬਿਜਲੀ ਕਟਾਂ ਦੇ ਨਾਲ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਕੁਲਜੀ ਇੱਕ ਤਾਂ ਜਿਹੜਾ ਗਰਮੀ ਪੂਰੀ ਐ ਇਸ ਜਿਹੜੇ ਮੌਨਸੂਨ ਦਾ ਕੋਈ ਪਤਾ ਨਹੀਂ ਮੌਨਸੂਨ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਐਦ ਕੀ अर्ਲੀ ਆ ਰਹੀ ਐ ਔਨ ਟਾਈਮ ਵੀ ਨਹੀਂ ਜਿਹੜੀ ਜੀ ਉਹ ਆਈ ਅਜੇ ਕਿੰਨੇ ਦਿਨ ਹੋਰ ਮੌਨਸੂਨ ਜਿਹੜੀ اٹਕੀ ਰਹੂਗੀ ਕੁਝ ਨਹੀਂ ਪਤਾ ਲੂ ਦੇ ਵਾਸਤੇ ਜਿਹੜਾ ਕਿਹਾ ਗਿਆ ਕਿ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਲੂ ਅਗਲੇ ਦਿਨਾਂ ਦੇ ਵਿੱਚ ਵਗੂਗੀ ਵਗ ਰਹੀ ਹੈ ਉਧਰ ਜਿਹੜੇ ਬਿਜਲੀ ਦੇ ਕੱਟ ਨੇ ਉਹ ਗੰਭੀਰ ਸਮੱਸਿਆ ਖੜੀ ਹੋ ਗਈ ਆ ਅਣ ਐਲਾਨੇ ਜਿਹੜੇ ਬਿਜਲੀ ਦੇ ਕੱਟ ਨੇ ਉਹਨਾਂ ਤੋਂ ਅੱਕੇ ਹੋਏ ਲੋਕ ਸੜਕਾਂ ਦੇ ਉੱਤੇ ਨਿਕਲ ਰਹੇ ਆ ਪਹਿਲਾਂ ਤਾਂ ਕੁਝ ਹਫ਼ਤੇ ਤੋਂ ਜਿਹੜੇ ਕਿਸਾਨ ਸੀ ਉਹ ਥਾਂ-ਥਾਂ ਦੇ ਉੱਤੇ ਗ੍ਰਿਡ ਘੇਰ ਰਹੇ ਸੀਗੇ ਕਿਸੇ ਨੇ ਬਹੁਤਾ ਨੋਟਿਸ ਉਹਦਾ ਨਹੀਂ ਲਿਆ ਜਦੋਂ ਹੁਣ ਇਹ ਸਾਰੇ ਕੱਟ ਜਿਹੜੇ ਆ ਗਏ ਸ਼ਹਿਰਾਂ ਦੇ ਵਿੱਚ ਤੇ ਰੌਲਾ ਜਿਹੜਾ ਉਹ ਪੈਣਾ ਸ਼ੁਰੂ ਹੋ ਗਿਆ ਹਾਲਾਤ ਜਿਹੜੇ ਆ ਨਾ ਤਾਂ ਪੰਜਾਬ ਦੇ ਕੋਲੇ ਜਿਹੜਾ ਬਿਜਲੀ ਬੋਰਡ ਦਾ ਪਰਮਾਨੈਂਟ ਚੇਅਰਮੈਨ ਆ ਨਾ ਕੋਈ ਪੱਕਾ ਮੰਤਰੀ ਹੈ ਮੰਤ్రਾਲਾ ਕੈਪਟਨ ਨਰਿੰਦਰ ਸਿੰਘ ਹੋਰਾਂ ਦੇ ਕੋਲ ਆ ਚੇਅਰਮੈਨ ਦੀ ਡੰਗ ਟਪਾਉ ਤਰੀਕੇ ਦੇ ਨਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਕੋਈ ਪ੍ਰਬੰਧ ਨਹੀਂ ਕੀਤੇ ਗਏ ਕੋਈ ਅਗਾਊਂ ਪ੍ਰਬੰਧ ਨਹੀਂ ਕੀਤੇ ਗਏ ਅੱਗੇ ਘੱਟੋ ਘੱਟ ਮੀਟਿੰਗਸ ਹੁੰਦੀਆਂ ਨੇ ਕਿ ਕਿਹੜੇ ਤਰੀਕੇ ਦੇ ਨਾਲ ਕਿੰਨੀ ਬਿਜਲੀ ਘਟ ਰੂਗੀ ਕਿੱਥੋਂ ਲੈਣੀ ਆ ਬਿਜਲੀ ਅਵੇਲੇਬਲ ਵਾਧੂ ਆ ਬਾਅਰ ਪ੍ਰਾਈਵੇਟ ਕੰਪਨੀਆਂ ਕੋਲੇ ਪੈਸੇ ਹਨੀ ਲੈਣ ਦੇ ਵਾਸਤੇ ਜਿਹੜੇ ਕੰਟਰੈਕਟ ਸਾਈਨ ਕਰ ਗਏ ਰਾਜ ਕਰਾਂਗੇ 25 ਸਾਲ ਵਾਲੇ ਉਹ ਕੰਟਰੈਕਟ ਹੁਣ ਉਹਨਾਂ ਦੀ ਅਸਲੀਅਤ ਸਾਹਮਣੇ ਆ ਰਹੀ ਹੈ ਮੌਜੂਦਾ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਅਸੀਂ ਰਿਵਿਊ ਕਰਾਂਗੇ ਤੇ ਇਹਨਾਂ ਨੂੰ ਰੱਦ ਕਰਾਂਗੇ ਰਿਵਿਊ ਰੱਦ ਤੇ ਛੱਡੋ ਗੱਲ ਹੀ ਨਹੀਂ ਉਹਨਾਂ ਦੀ ਜਿਹੜੀ ਉਹ ਕੀਤੀ ਹੁਣ ਜਦੋਂ ਜਿਹੜੀ ਇਹ ਸਮੱਸਿਆ ਖੜੀ ਹੋ ਗਈ ਆ ਤੇ ਅਕੀ ਭਲਾ ਹੀ ਹੱਥ ਜਿਹੜੇ ਉਹ ਮਾਰੇ ਜਾ ਰਹੇ ਆ ਸਰਕਾਰੀ ਦਫ਼ਤਰਾਂ ਦਾ ਸਮਾਂ 8 ਤੋਂ 2 ਵਜੇ ਤੱਕ ਕਰਤਾ ਨਾਲ ਦੀ ਨਾਲ ਇਹ ਵੀ ਕਿਹਾ ਕਿ ਬਿਜਲੀ ਸੰਜਮ ਦੇ ਨਾਲ ਵਰਤੀ ਜਾਵੇ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ 에어 ਕੰਡੀਸ਼ਨ ਦੀ ਵਰਤੋਂ ਦੇ ਉੱਤੇ ਪਾਬੰਦੀ ਲਾਉਣ ਸੰਬੰਧੀ ਜਿਹੜਾ ਫੈਸਲਾ ਲਿਆ ਗਿਆ ਔਰ ਇਹ ਕਿਹਾ ਗਿਆ ਕਿ ਜਿਹੜੇ ਸਰਕਾਰੀ ਦਫ਼ਤਰ ਨੇ ਉਹਨਾਂ ਨੂੰ ਇਹ ਹਦਾਇਤ ਦਿੱਤੀ ਗਈ ਹੈ ਜੀ ਕਿ AC ਵਗੈਰਾ ਨਾ ਲਾਏ ਜਾਣ ਇੰਡਸਟਰੀ ਜਿਹੜੀ ਆ ਉਹ 3 ਦਿਨ ਦੇ ਵਾਸਤੇ ਹਫ਼ਤੇ ਦੇ ਵਿੱਚ 3 ਦਿਨ ਬੰਦ ਰੱਖੀ ਜਾਊਗੀ 3 ਘੰਟੇ 3.5 ਘੰਟੇ ਮੱਸੀ ਕਿਸਾਨਾਂ ਨੂੰ ਜਿਹੜੀ ਆ ਉਹ ਬਿਜਲੀ ਮਿਲ ਰਹੀ ਹੈ ਜਿਹੜਾ ਵਾਦਾ 8 ਘੰਟੇ ਦਾ ਵੱਡੇ ਵੱਡੇ ਕੱਟ ਸ਼ਹਿਰਾਂ ਦੇ ਵਿੱਚ ਲੱਗ ਰਹੇ ਆ ਹਾਹਾਕਾਰ ਜਿਹੜੀ ਉਹ ਮੱਚੀ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ ਜੇ ਤੁਸੀਂ ਦੇਖੋ ਤੇ ਵੱਖੋ ਵੱਖਰੇ ਕਿਸਮ ਦੇ ਨਾਲ ਲੋਕੀ ਜਿਹੜੀ ਉਹ ਖਚਾਈ ਕਰ ਰਹੇ ਆ ਸਰਕਾਰ ਦੀ ਸਵਾਲ ਫੇਰ ਉਹੀ ਆ ਜੀ ਕਿ ਕੋਈ ਕੰਟਰੋਲ ਹੀ ਨਹੀਂ ਕਿਸੇ ਜਗ੍ਹਾ ਦੇ ਉੱਤੇ ਜਿਹੜੇ ਵਾਦੇ ਕਰਕੇ ਸਰਕਾਰ ਆਈ ਸੀ ਕਹਾਣੀ ਉੱਥੇ ਹੀ ਖੜੀ ਹੈ ਹੱਦ ਤਾਂ ਇਸ ਗੱਲ ਦੀ ਆ ਕਿ ਜਿਹੜੇ ਇਹ 25-25 ਸਾਲ ਦੇ ਸਾਈਨ ਕਰ ਗਏ ਇਹਨਾਂ ਕੰਪਨੀਆਂ ਦੇ ਨਾਲ ਪੰਜਾਬੀਆਂ ਦੇ ਹੱਥ ਬੰਨ ਗਏ ਜਿਹੜੇ ਉਹ ਅੱਜ ਪੰਜਾਬ ਦੇ ਵਿੱਚ ਸਰਕਾਰੀ ਦਫਤਰਾਂ ਨੂੰ ਘੇਰਨ ਦਾ ਐਲਾਨ ਕਰ ਰਹੇ ਆ ਬਿਜਲੀ ਦੇ ਕਟਾਂ ਨੂੰ ਜਿਹੜਾ ਦੀ ਉਹ ਲੈ ਕੇ ਉਹਨਾਂ ਦੀਆਂ ਕੀਤੀਆਂ ਹੋਈਆਂ ਜਿਹੜੀਆਂ ਮੌਜੂਦਾ ਸਰਕਾਰ ਭੁਗਤ ਰਹੀ ਆ ਭੁਗਤ ਤਾਂ ਕਰਕੇ ਰਹੀ ਆ ਕਿ ਜਦੋਂ ਇਹਦੇ ਹੱਥ ਦੇ ਵਿੱਚ ਪਾਵਰ ਆਈ ਚੁੱਪ ਕਰਕੇ ਪੈਸੇ ਕਮਾਉਣ ਵਾਲੇ ਪਾਸੇ ਲੱਗੇ ਰਹੇ ਉਸ ਮਸਲੇ ਦੇ ਉੱਤੇ ਕੋਈ ਧਿਆਨ ਜਿਹੜਾ ਉਹ ਨਹੀਂ ਦਿੱਤਾ ਜੀ ਦੇਖ ਲਓ ਤੁਸੀਂ ਇੱਕ ਐਲਾਨ ਹੋਇਆ ਦਿੱਲੀ ਦੇ ਮੁੱਖ ਮੰਤਰੀ ਨੇ ਕੀਤਾ ਕਿ ਪੰਜਾਬ ਨੂੰ ਬਿਜਲੀ ਸਸਤੀ ਮਿਲੇਗੀ ਮੇਰਾ ਖਿਆਲ ਦੇ ਹਜ਼ਾਰਾਂ ਹੀ ਸਵਾਲ ਆ ਤੜਫ ਤੜਫ ਕੇ ਕਰ ਰਹੇ ਕਿ ਕਿਵੇਂ ਦੇਊਗਾ ਕਿਵੇਂ ਦੇਊਗਾ ਇਸ ਤਰ੍ਹਾਂ ਦੇ ਸਮਝੌਤੇ ਕਰਕੇ ਅੱਜ ਤੱਕ ਕਿਸੇ ਨੇ ਇਹਨਾਂ ਨੂੰ ਪੁੱਛਿਆ ਨਹੀਂਗਾ ਅੱਗੇ ਹਿੰਦੂ ਭਾਈਚਾਰੇ ਤੇ ਗੱਲ ਕਰੀਏ ਕਿ ਉਹ ਲੋਕ ਜਿਹੜੇ ਆ ਕੈਪਟਨ ਨੂੰ ਮਿਲੇ ਤਾਂ ਉਹਨਾਂ ਨੇ ਆਪਣੇ ਰੋਣੇ ਰੋਏ ਬਿਲਕੁਲ ਹੀ ਉਹ ਉਹ ਆਪਣੇ ਰੋਣੇ ਜਿਹੜੇ ਰੋਈ ਗਏ ਕਿ ਸਾਨੂੰ ਤਾਂ ਮੰਤਰੀ ਪੁੱਛਦੇ ਕੋਈ ਨਹੀਂ ਗੇ ਸਾਡੇ ਦਫ਼ਤਰਾਂ ਦੇ ਵਿੱਚ ਕੋਈ ਕੰਮਕਾਰ ਨਹੀਂ ਹੁੰਦਾ ਸਾਢੇ 4 ਸਾਲ ਹੋ ਗਏ ਕਹਿੰਦੇ ਸਾਨੂੰ ਖੁੰਝੇ ਲਾਇਆ ਹੋਇਆ ਵਿਧਾਇਕਾਂ ਤੇ ਵਜ਼ੀਰਾਂ ਨੇ ਔਰ ਇਹਨਾਂ ਨੇ ਅਫਸਰਾਂ ਦੇ ਖਿਲਾਫ ਰੱਜ ਕੇ ਪੜਾਅਸ ਕੱਢੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਾਢੇ 4 ਸਾਲ ਕਿਸੇ ਨੂੰ ਨਹੀਂ ਪੁੱਛਿਆ ਚਾਹੇ ਉਹ ਵਿਧਾਇਕ ਨੇ ਮੌਜੂਦਾ ਵਿਧਾਇਕ ਨੇ ਸਾਬਕਾ ਵਿਧਾਇਕ ਨੇ ਹੁਣ ਜਦੋਂ ਰੌਲਾ ਪੈ ਗਿਆ ਤੇ ਤਾਂ ਕਰਕੇ ਉਹਨਾਂ ਨੂੰ ਰੋਟੀ ਦੇ ਉੱਤੇ ਜਿਹੜਾ ਉਹ ਸੱਦਿਆ ਗਿਆ ਵੈਸੇ ਹੈ ਵੀ ਇਹਦੇ ਲਈ ਹੀ ਨੇ ਕਿਉਂਕਿ ਇਹ ਲੋਕ ਖੁਸ਼ ਹੋਗੇ ਜਦੋਂ ਰੋਟੀ ਦੇ ਉੱਤੇ ਸਾਨੂੰ ਸੱਦ ਲਿਆ ਇਹ ਕਿਹਾ ਸਾਰੇ ਬੋਲੀ ਗਏ ਸੁਣ ਲਿਆ ਉਹਨਾਂ ਨੇ ਔਰ ਇਹ ਕਿਹਾ ਕਿ ਕੋਈ ਗੱਲ ਨਹੀਂ ਅੱਗੇ ਤੋਂ ਤੁਹਾਡਾ ਧਿਆਨ ਰੱਖਿਆ ਜਾਊਗਾ ਬਾਈ ਇੰਨੀ ਗੱਲ ਕਹਿ ਕੇ ਜਿਹੜਾ ਜੀ ਉਹ ਕੰਮ ਨਵੇਟਦਾ ਇਹਦੇ ਚ ਬ੍ਰਹਮੇਂਦਰਾ ਭਗਤ ਪੁਸ਼ਨਾਸ਼ੂ ਸੁੰਦਰ ਸ਼ਾਮ अरोड़ा ਵਿਜੇਂਦਰ ਸਿੰਘਲਾ ਓਪੀ ਸੋਨੀ ਜਿਹੜੇ ਔਰ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਜਿਹੜਾ ਉਹ ਸ਼ਾਮਲ ਸੀਗੇ ਰੋਟੀ ਦੇ ਉੱਤੇ ਏਜੰਡਾ ਇਹ ਰਿਹਾ ਕਿ ਆਉਂਦੇ 4 ਮਹੀਨਿਆਂ ਦੇ ਵਿੱਚ ਸ਼ਹਿਰਾਂ ਦੇ ਵਿਕਾਸ ਦੇ ਵਾਸਤੇ ਕੀ ਕੀਤਾ ਜਾ ਸਕਦਾ ਤਾਂ ਕਿ ਜਦੋਂ ਵੋਟਾਂ ਮੰਗਣ ਜਾਈਏ ਤੇ ਲੋਕੀ ਹੱਥੀ ਨਾ ਪੈ ਜਾਣ ਕਿਤੇ ਜਿਹਦੇ ਕਰਕੇ ਜਿਹੜਾ ਦੀ ਇਹ ਮੀਟਿੰਗ ਲਈ ਗਈ ਸੀ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਜਿਹੜਾ ਪਿਛਲੇ ਦਿਨੀ ਅਕਾਲੀ ਦਲ ਦੇ ਵਿੱਚ ਚੱਲਿਆ ਸੀਗਾ ਅਕਾਲੀ ਦਲ ਨੇ ਟੈਂਟ ਲਾਏ ਹੋਏ ਸੀ ਲੱਡੂ ਮਂਗਾਏ ਹੋਏ ਸੀ ਲੱਡੂ ਮੰਗਾਏ ਰਹਿ ਗਏ ਟੈਂਟ ਲਾਏ ਰਹਿ ਗਏ ਅਸ਼ਵਨੀ ਸੇਖੜੀ ਦਾ ਬਲੰਡ ਵੱਧ ਗਿਆ ਕਿਉਂਕਿ ਉਹਨੂੰ ਮੁੱਖ ਮੰਤਰੀ ਹੋਰਾਂ ਦਾ ਫੋਨ ਚੱਲੇ ਗਿਆ ਸੀ ਉਹ ਫੋਨ ਦੇ ਨਾਲ ਹੀ ਸਾਰਾ ਕੁਝ ਜਿਹੜਾ ਜੀ ਉਹ ਬਦਲ ਗਿਆ ਉਹਨੇ ਇਹ ਕਿਹਾ ਕਿ ਹਲਕੇ ਦੇ ਅੰਦਰ ਉਹਦੀ ਸੁਣਵਾਈ ਤਾਂ ਕੀ ਹੋਣੀ ਸੀ ਉਹਨੂੰ ਉਹਦੀ ਬੇਇੱਜ਼ਤੀ ਜਿਹੜੀ ਉਹ ਕੀਤੀ ਗਈ ਔਰ ਅਸ਼ਵਨੀ ਸੇਖੜੀ ਨੇ ਇਹ ਵੀ ਗੱਲ ਜਿਹੜੀ ਜੀ ਕਹੀ ਕਿ ਜਿਹੜੇ ਕਾਂਗਰਸੀ ਨੇ ਉਹਨਾਂ ਨੂੰ ਬੰਦਿਆਂ ਦੀ ਪਰਖ ਨਹੀਂ ਹੈ ਔਰ ਇੱਕ ਰਮਨ ਬੈਲ ਆ ਜਿਹੜਾ ਐਸਐਸ ਬੋਰਡ ਦਾ ਚੇਅਰਮੈਨ ਆ ਉਹਨੇ ਇਹ ਕਿਹਾ ਕਿ ਵਿਧਾਇਕਾਂ ਤੇ ਵਜ਼ੀਰਾਂ ਤੋਂ ਬਿਨਾ ਪੰਜਾਬ ਦੇ ਵਿੱਚ ਕਿਸੇ ਦੀ ਕੋਈ ਕਦਰ ਨਹੀਂ ਮਾਲਤੀ ਥਾਪਰ ਨੇ ਇਹ ਗੱਲ ਕਹੀ ਕਿ ਸਰਕਾਰ ਦੇ ਅੰਦਰ ਟਕਸਾਲੀ ਆਗੂ ਨਜ਼ਰ ਅੰਦਾਜ਼ ਕੀਤੇ ਹੋਏ ਆ ਭਵਨ ਗੋਲੇਲਾ ਕੋਨੇ ਉਸ ਅਜੇਤੋ ਦੇ ਵਿੱਚ ਜਵਾਲਾਲ ਨਹਿਰੂ ਦੀ ਯਾਦਗਾਰ ਦਾ ਮਸਲਾ ਜਿਹੜਾ ਉਹ ਚੁੱਕਿਆ ਬਠਿੰਡਾ ਤੋਂ ਨਗਰ ਸੁਧਾਰ ਟਰਸਟ ਦਾ ਚੇਅਰਮੈਨ ਐ ਕੇ ਕੇ ਅਗਰਵਾਲ ਉਹਨੇ ਮੁੱਖ ਮੰਤਰੀ ਨੂੰ ਜਿਹੜੇ ਮੱਠੇ ਚੱਲ ਰਹੇ ਵਿਕਾਸ ਕਾਰਜਾਂ ਉਹਨਾਂ ਦੇ ਬਾਰੇ ਦੇ ਵਿੱਚ ਜਾਣਕਾਰੀ ਦਿੱਤੀ ਆਰਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਲੜਾ ਨੇ ਇਹ ਗੱਲ ਕਹੀ ਕਿ ਅਫਸਰ ਸ਼ਾਹੀ ਕਿਸੇ ਦੀ ਨਹੀਂ ਸੁਣ ਰਹੀ ਇਹ ਕਿਹਾ ਕਿ ਅਫਸਰ ਸ਼ਾਹੀ ਨੇ ਇਸ ਵੇਲੇ ਲੁੱਟ ਮਚਾਈ ਹੋਈ ਆ ਪੰਜਾਬ ਦੇ ਵਿੱਚ ਕਹਤਾ ਕਿ ਸ਼ਿਕਾਇਤਾਂ ਦੂਰ ਕਰਾਂਗੇ ਅਹਿਮ ਗੱਲ ਜਿਹੜੀ ਇਹਦੀ ਇਹ ਰਹੀ ਕਿ ਇਹਦੇ ਵਿੱਚ ਜਿਹੜੇ ਸੁਨੀਲ ਜਾਖੜ ਨੇ ਉਹ ਸ਼ਾਮਲ ਨਹੀਂ ਹੋਏ ਸ਼ਾਇਦ ਇਸ ਕਰਕੇ ਨਹੀਂ ਹੋਏ ਕਿ ਇਸ ਵੇਲੇ ਉਹਨਾਂ ਦੀ ਜਿਹੜੀ ਪ੍ਰਧਾਨਗੀ ਆ ਉਹਦੇ ਉੱਤੇ ਖਤਰੇ ਦੇ ਬੱਦਲ ਮੰਡਰਾ ਰਹੇ ਆ ਕਿ ਸ਼ਾਇਦ ਸੁਨੀਲ ਜਾਖੜ ਹੋਰਾਂ ਨੂੰ ਬਦਲਿਆ ਜਾ ਰਿਹਾ ਛੇਤੀ ਸਵਾਲ ਇਹਦੇ ਵਿੱਚ ਇਹ ਆ ਕਿ ਸੁਨੀਲ ਜਾਖੜ ਦਾ ਜਿਹੜਾ ਉਹ ਕਸੂਰ ਕੀ ਆ ਕਿ ਉਹਨੂੰ ਕਿਉਂ ਬਦਲਿਆ ਜਾ ਰਿਹਾ ਸ਼ਾਇਦ ਉਹ ਹੁਣ ਮੁੱਖ ਮੰਤਰੀ ਦੇ ਖੇਮੇ ਤੋਂ ਨਰਾਜ ਨਹੀਂ ਕਿ ਉਹਨਾਂ ਦੇ ਵਾਸਤੇ ਕਿਉਂਕਿ ਮੁੱਖ ਮੰਤਰੀ ਦੇ ਵਾਸਤੇ ਸੁਨੀਲ ਜਾਖੜ ਤਾਂ ਖੜੇ ਰਹੇ ਦੇਜਤੀ ਕਰਾ ਕੇ ਵੀ ਖੜੇ ਰਹੇ ਫੋਨ ਤੱਕ ਉਹਨਾਂ ਦਾ ਬਾਹਰ ਜਿਹੜਾ ਰਖਾ ਲਿਆ ਗਿਆ ਹੁਣ ਇਸੇ ਕਰਕੇ ਸ਼ਾਇਦ ਜਿਹੜਾ ਦੀ ਉਹ ਇਸ ਮੀਟਿੰਗ ਤੋਂ ਲਾਂਬੇ ਰਹੇ ਕੀ ਹੁੰਦਾ ਕਾਂਗਰਸ ਦੇ ਵਿੱਚ ਅਟਕਣਾ ਲੱਗ ਰਹੀਆਂ ਨੇ ਅਸਲੀਅਤ ਕਿਸੇ ਨੂੰ ਨਹੀਂ ਪਤਾ ਜੀ ਬੜਾ ਕੁਝ ਹੋ ਰਿਹਾ ਹੈ ਇਹਨਾਂ ਦੇ ਅੰਦਰ ਅੰਦਰ ਅੱਗੇ ਬਰਗਾੜੀ ਮੋਰਚੇ ਲਾਉਣ ਲਈ ਗਏ ਸੀ ਸਮਰੱਥ ਜੀ ਸਿੰਘ ਮਾਂ ਤੇ ਗ੍ਰਿਫਤਾਰ ਦੇਖੋ ਜਿਹੜਾ ਲੱਗਿਆ ਸੀਗਾ ਉਹ ਪਹਿਲਾਂ ਲਾਉਣ ਵੀ ਇਹੀ ਗਏ ਸੀਗੇ ਔਰ ਜਦੋਂ ਲੋਕਾਂ ਦਾ ਸਹਿਯੋਗ ਸੀ ਸੰਗਤ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਸੀ ਬਰਗਾੜੀ ਮੋਰਚੇ ਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਜਾਂਦੇ ਰਹੇ ਬਾਰ-ਬਾਰ ਜਦੋਂ ਜਦੋਂ ਵੀ ਸੱਦਾ ਦਿੱਤਾ ਬਰਗਾੜੀ ਮੋਰਚੇ ਵਾਲਿਆਂ ਨੇ ਬਰਗਾੜੀ ਮੋਰਚੇ ਨੂੰ ਖਤਮ ਕਿਉਂ ਕੀਤਾ ਗਿਆ ਇਹ ਵੱਡਾ ਸਵਾਲ ਅੱਜ ਵੀ ਖੜਾ ਸਿਮਨਜੀਤ ਸਿੰਘ ਮਾਨਹੂਰੀ ਉਦੋਂ ਪ੍ਰੈਸ ਕਾਨਫਰੰਸਾਂ ਕਰਦੇ ਸੀ ਕਹਿੰਦੇ ਸੀ ਬਰਗਾੜੀ ਮੋਰਚੇ ਦੀ ਕੋਈ ਲੋੜ ਨਹੀਂ ਹੁਣ ਸਾਰੀਆਂ ਮੰਗਾਂ ਸਰਕਾਰ ਨੇ ਮੰਨ ਲਈਆਂ ਤੇ ਫਿਰ ਮੋਰਚਾ ਕੀ ਕਰਨਾ ਉਹ ਮੰਗਾਂ ਕਿਵੇਂ ਮੰਨੀਆਂ ਗਈਆਂ ਸੀ ਔਰ ਕਿਹੜੇ ਤਰੀਕੇ ਨਾਲ ਮੰਨੀਆਂ ਗਈਆਂ ਸੀ ਇਹਦਾ ਜਵਾਬ ਤਾਂ ਹੈ ਨਹੀਂ ਕੋਈ ਹੁਣ ਫਿਰ ਜਿਹੜਾ ਜੀ ਸ਼ਾਇਦ ਕਿਤੇ ਨਾ ਕਿਤੇ ਸਿਆਸੀ ਜ਼ਮੀਨ ਲੱਭਦੇ ਫਿਰਦੇ ਨੇ ਸਿਮਨਜੀਤ ਸਿੰਘ ਮਾਨਹੂਰੀ ਜੀਤੇ ਕਰਕੇ ਉਹਨਾਂ ਨੂੰ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਉਹ ਪਹਿਲੀ ਜੁਲਾਈ ਤੋਂ ਜਾ ਕੇ ਬਰਗਾੜੀ ਦੇ ਵਿੱਚ ਫੇਰ ਮੋਰਚਾ ਲਾਉਣਗੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਉਣ ਉੱਥੇ ਲੋਕ ਤਾਂ ਉਹਨਾਂ ਵਾਸਤੇ ਆਏ ਨਹੀਂ ਉਹ ਆਪ ਹੀ ਆਪਣੀ ਬੋਲੀ ਦੇ ਵਿੱਚ ਕਹਿੰਦੇ ਆ ਮੇਰੇ ਨਾਲ ਵੀ ਇੰਟਰਵਿਊ ਕਰਦੇ ਆ ਉਹਨਾਂ ਨੇ ਹੌਨ ਰਿਕਾਰਡ ਵੀਡੀਓ ਦੇ ਤੇੜਾ ਆ ਜੀ ਕਾ ਸੀਗਾ ਵੀ ਢਾਈ ਟੋਟ ਨੂੰ ਤਾਂ ਮੇਰੇ ਮਗਰ ਨੇ ਉਹੀ ਗੱਲ ਉੱਥੇ ਵੀ ਹੋਈ ਜਿਹੜੀ ਜਿੰਨੇ ਕ ਜਾਣੇ 40 ਕ ਜਾਣੇ ਉੱਥੇ ਗਏ ਸੀਗੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਪਹੁੰਚੀ ਹੋਈ ਸੀ ਉਥੇ ਜਦੋਂ ਉਹਨਾਂ ਨੇ ਜਿਹੜਾ ਇਹ ਐਲਾਨ ਕੀਤਾ ਕਿ ਅਸੀਂ ਇੱਥੇ ਉਹ ਮੋਰਚਾ ਜਿਹੜਾ ਪੱਕਾ ਲਾਉਣਾ ਤੇ ਪੁਲਿਸ ਨੇ ਸਿਮਰਜੀਤ ਸਿੰਘ ਮਾਨ ਕਾਨ ਸਿੰਘ ਸਣੇ ਜਿਹੜੇ ਸੀਗੇ ਜੀ 40 ਦੇ ਕਰੀਬ ਆਗੂ ਜਿਹੜੇ ਸੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਪਹਿਲਾਂ ਉਹਨਾਂ ਨੂੰ ਸੈਨਿਕ ਰੈਸਟ ਹਾਊਸ ਦੇ ਵਿੱਚ ਰੱਖਿਆ ਗਿਆ ਉਹਨਾਂ ਦੇ ਖਿਲਾਫ ਪੁਲਿਸ ਨੇ ਧਾਰਾ 188 ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਦੇ ਤਹਿਤ ਪਰਚਾ ਦਰਜ ਕੀਤਾ ਦੇਰ ਸ਼ਾਮ ਇਹਨਾਂ ਸਾਰਿਆਂ ਨੂੰ ਰਿਹਾ ਜਿਹੜਾ ਉਹ ਕਰ ਦਿੱਤਾ ਗਿਆ। ਸਿਮਰਜੀਤ ਸਿੰਘ ਮਾਨ ਨੇ ਦੋਸ਼ ਲਾਇਆ ਕਿ ਬੇਅਦਬੀ ਤੇ ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਦੇ ਵਿੱਚ ਬਾਦਲ ਪਰਿਵਾਰ ਤੇ ਸੁਮੇਧ ਸੈਣੀ ਦਾ ਹੱਥ ਹੈ। ਇਹ ਵੀ ਕਿਹਾ ਕਿ ਸਿੱਖਾਂ ਨੂੰ ਆਪਣੇ ਸੂਬੇ ਦੇ ਵਿੱਚ ਇਨਸਾਫ ਨਹੀਂ ਜਿਹੜਾ ਉਹ ਮਿਲ ਰਿਹਾ। ਤੇ ਇਹ ਵੀ ਗੱਲ ਜਿਹੜੀ ਦੀ ਸਿਮਰਜੀਤ ਸਿੰਘ ਮਾਨਹੋਰਾ ਨੇ ਆਖੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਹਰ ਹਾਲ ਦੇ ਵਿੱਚ ਸਜ਼ਾ ਦਵਾਈ ਜਾਊਗੀ। ਧਿਆਨ ਸਿੰਘ ਮੰਡ ਬਲਜੀਤ ਸਿੰਘ ਦਾਦੂਵਾਲ ਦੇ ਸ਼ਾਮਲ ਹੋਣ ਦੀ ਚਰਚਾ ਸੀ ਪਰ ਇਹ ਦੋਵੇਂ ਨਹੀਂ ਆਏ ਸ਼ਾਇਦ ਉਹਨਾਂ ਕੋਲ ਅਜੇ ਕੰਮਕਾਰ ਚੱਲਦਾ ਹੋਊਗਾ ਇਸ ਕਰਕੇ ਉਹਨਾਂ ਨੇ ਇੱਥੇ ਆਉਣਾ ਠੀਕ ਨਹੀਂ ਸਮਝਿਆ ਪੰਥਕ ਤਰ੍ਹਾਂ ਐਲਾਨ ਕੀਤਾ ਸੀਗਾ ਕਿ 30 ਜੂਨ ਤੱਕ ਜੇ ਬੇਅਦਵੀ ਕੋਟ ਪੂਰਾ ਬਾਈਬਲ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਚ ਨਹੀਂ ਸੁਟਿਆ ਜਾਂਦਾ ਤਾਂ 1 ਜੁਲਾਈ ਤੋਂ ਪੱਕਾ ਮੋਰਚਾ ਜਿਹੜਾ ਉਹ ਸ਼ੁਰੂ ਕੀਤਾ ਜਾਊਗਾ 2018 ਦੇ ਵਿੱਚ ਬਰਗਾੜੀ ਮੋਰਚਾ ਲੱਗਿਆ ਸੀ 193 ਦਿਨ ਚੱਲਿਆ ਔਰ ਇਸ 193 ਦਿਨ ਚੱਲੇ ਮੋਰਚੇ ਨੂੰ ਚੁੱਪ ਕਰਕੇ ਕਿਉਂ ਖਤਮ ਕਰ ਦਿੱਤਾ ਗਿਆ ਸਿੱਖਾਂ ਨੂੰ ਕੀ ਉਦੋਂ ਇਨਸਾਫ ਮਿਲ ਗਿਆ ਸੀ ਇਹਦਾ ਜਵਾਬ ਸਿਮਰਜੀਤ ਸਿੰਘ ਮਾਨ ਨਿਹਰਾਂ ਨੇ ਨਾ ਕਦੇ ਦਿੱਤਾ ਨਾ ਉਹਨਾਂ ਨੇ ਜਿਹੜਾ ਉਹ ਦੇਣਾ ਜੇ ਉਦੋਂ ਇਹ ਨਾ ਮੋਰਚਾ ਚੁੱਕਿਆ ਜਾਂਦਾ ਜਿਸ ਕਿਸਮ ਦਾ ਦਬਾਅ ਬਣ ਗਿਆ ਸੀ ਸਰਕਾਰ ਨੂੰ ਨਾ ਚਾਹੁੰਦਿਆਂ ਹੋਇਆ ਵੀ ਉਸ ਵੇਲੇ ਸਟੈਪ ਲੈਣਾ ਪੈਣਾ ਸੀ ਪਰ ਸਭ ਤੋਂ ਵੱਡਾ ਰੋਲ ਜਿਹੜਾ ਨਹੀਂ ਚਾਹੇ ਉਹ ਜਿਹੜਾ ਚੱਬੇ ਦੇ ਵਿੱਚ ਸਰਬੱਤ ਖਾਲਸਾ ਹੋਇਆ ਸੀ ਉਥੇ ਲੋਕ ਐਡੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਸੀ ਉਥੇ ਮਹਿਜ ਮਤਵਾਜੀ ਜਥੇਦਾਰ ਥਾਪ ਕੇ ਲੋਕਾਂ ਨੂੰ ਘਰੇ ਤੋੜ ਦਿੱਤਾ ਗਿਆ ਤੇ ਜਿੱਥੇ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ ਉਥੇ ਬਿਨਾਂ ਕੁਝ ਹਾਸਲ ਕੀਤੇਆਂ ਲੋਕਾਂ ਨੂੰ ਘਰੇ ਤੋੜ ਦਿੱਤਾ ਗਿਆ ਕਿ ਮੋਰਚਾ ਖਤਮ ਹੁਣ ਇਹ ਮੋਰਚਾ ਜਿਹੜਾ ਦੀ ਉਹ ਫੇਰ ਲਾਉਣ ਵਾਲੀ ਜਿਹੜੀ ਗੱਲ ਹੈ ਉਹਦੇ ਵਿੱਚ ਇਹੀ ਕਿਹਾ ਜਾ ਸਕਦਾ ਕਿ ਸਿਮਨਜੀਤ ਸਿੰਘ ਮਾਨਹੋਰਾਂ ਦੀ ਹਾਲਤ ਜਿਹੜੀ ਹੈ ਜੀ ਉਹ ਆਜੜੀ ਵਾਲੀ ਹੋਈ ਪਈ ਹੈ ਜਿਹੜਾ ਰੌਲਾ ਪਾਉਂਦਾ ਸੀ ਸ਼ੇਰ ਆਇਆ ਸ਼ੇਰ ਆਇਆ ਤੇ ਮੁੜ ਕੇ ਲੋਕੀ ਮਗਰ ਨਹੀਂ ਆਉਣ ਹਟ ਗਏ ਸੀ ਉਹਦੇ ਵਿੱਚ ਜੀ 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 ਅੱਗੇ ਗਾਜ਼ੀਪੁਰ ਦੀ ਸਰਹੱਦ ਤੇ ਜਿਹੜੀ ਝੜਪ ਹੋਈ ਆ ਉਸ ਘਟਨਾ ਤੇ 200 ਕਿਸਾਨਾਂ ਤੇ ਪਰਚੇ ਦੇਖੋ ਇਹ ਜਿਹੜੀ ਕੇਂਦਰ ਦੀ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਦੀ ਉਹ ਪੂਰੀ ਕੋਸ਼ਿਸ਼ ਕਰ ਰਹੀ ਆ ਕਿ ਜਿਸ ਤਰੀਕੇ ਦੇ ਨਾਲ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਦੇ ਵੇਲੇ ਮੋਰਚੇ ਲੱਗੇ ਸੀ ਉਥੇ ਦੋ ਧੜਿਆਂ ਦੇ ਵਿਚਾਲੇ ਲੜਾਈ ਬਣਦੀ ਸੀ ਜਿਹੜੀ ਕਿ ਦਿੱਲੀ ਦੇ ਦੰਗਿਆਂ ਦੇ ਰੂਪ ਦੇ ਵਿੱਚ ਬਾਅਦ ਚ ਸਾਹਮਣੇ ਆਈ ਇਹ ਉਹੋ ਜਿਹਾ ਕੁਝ ਕਰਾਉਣ ਦੀ ਕੋਸ਼ਿਸ਼ ਉਹਦੇ ਵੱਲੋਂ ਕੀਤੀ ਜਾ ਰਹੀ ਹੈ ਸੱਤ ਮਹੀਨਿਆਂ ਤੋਂ ਸਰਹੱਦਾਂ ਤੇ ਬੈਠੇ ਕਿਸਾਨ ਇਹ ਦਿੱਲੀ ਉੱਤਰ ਪ੍ਰਦੇਸ਼ ਦੀ ਹੱਦ ਦੇ ਉੱਤੇ ਸ਼ਾਂਤਮਈ ਰੋਜ਼ ਪ੍ਰਦਰਸ਼ਨ ਕਰ ਰਹੇ ਕਿਸਾਨ ਤੇ ਭਾਜਪਾ ਦੇ ਵਰਕਰਾਂ ਦੇ ਵਿਚਾਲੇ ਜਿਹੜੀ ਝੜਪ ਹੋਈ ਸੀ ਦੋ ਦਿਨ ਪਹਿਲਾਂ ਉਸ ਮਾਮਲੇ 'ਚ ਗਾਜ਼ੀਆਬਾਦ ਪੁਲਿਸ ਨੇ 200 ਦੇ ਕਰੀਬ ਕਿਸਾਨਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਜਿਹੜਾ ਉਹ ਕੀਤਾ ਅ ਭਾਜਪਾ ਤੇ ਜਿਹੜੇ ਜਰਨਲ ਸਕੱਤਰ ਅਮਿਤ ਵਾਲਮੀਕੀ ਦੀ ਸ਼ਿਕਾਇਤ ਦੇ ਉੱਤੇ ਕੇਸ ਦਰਜ ਕੀਤੇ ਗਏ ਆ ਇਹ ਅਮਿਤ ਵਾਲਮੀਕੀ ਸੀਗਾ ਜਿਹੜਾ ਕਿ ਉਸ ਦਿਨ ਉਕਸਾ ਕੇ ਆਪਣੇ ਵਰਕਰਾਂ ਨੂੰ ਉਸ ਮੋਰਚੇ ਵਾਲੀ ਜਗ੍ਹਾ ਤੇ ਲੈ ਕੇ ਆਇਆ ਸੀ ਜਿੱਥੇ ਕਿ ਕਿਸਾਨ ਪਿਛਲੇ 7 ਮਹੀਨਿਆਂ ਤੋਂ ਬੈਠੇ ਆ ਇਥੋਂ ਤੱਕ ਇਹਨਾਂ ਨੇ ਸ਼ਰਾਰਤ ਕੀਤੀ ਡਾਂਗਾ ਛੋਟੇ ਲੈ ਕੇ ਕਿ ਉੱਥੇ ਸਟੇਜ ਦੇ ਉੱਤੇ ਕਬਜ਼ਾ ਕਰ ਲਿਆ ਜਾਵੇ ਜੇ ਕਿਸਾਨ ਅੱਗੋਂ ਨਾ ਪੈਂਦੇ ਤੇ ਇਹਨਾਂ ਨੇ ਸਟੇਜ ਦੇ ਉੱਤੇ ਕਬਜ਼ਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ ਤੇ ਉਸ ਤੋਂ ਬਾਅਦ ਕਿਹੋ ਜਿਹਾ ਹਿੰਸਕ ਟਕਰਾਓ ਹੋ ਸਕਦਾ ਸੀ ਇਹ ਕੋਈ ਵੀ ਵਿਅਕਤੀ ਜਿਹੜਾ ਦੀ ਉਹ ਸੋਚ ਸਕਦਾ ਭਾਰਤੀ ਕਿਸਾਨ ਯੂਨੀਅਨ ਜਿਹੜਾ ਟਕੈਤ ਦੇ ਬਲਾਰੇ ਰਕੇਸ਼ ਟਕੈਤ ਸਣੇ ਕਿਸਾਨ ਆਗੂਆਂ ਦੇ ਵੱਲੋਂ ਇਹ ਇੱਕ ਪਾਸੜ ਕਾਰਵਾਈ ਨੂੰ ਰੁਕਵਾਉਣ ਦੇ ਵਾਸਤੇ ਉੱਤਰ ਪ੍ਰਦੇਸ਼ ਦੀ ਜਿਹੜੇ ਪ੍ਰਸ਼ਾਸਨ ਦੇ ਉੱਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ ਇਹਨਾਂ ਕਿਸਾਨਾਂ ਦਾ ਇਹ ਕਹਿਣਾ ਕਿ ਭਾਜਪਾ ਦੇ ਉਹਨਾਂ ਲੋਕਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਜਿਹੜੇ ਖੌਰੂ ਪਾਉਣ ਦੀ ਨੀਅਤ ਦੇ ਨਾਲ ਮੋਰਚੇ ਵਾਲੀ ਜਗ੍ਹਾ ਦੇ ਉੱਤੇ ਆਏ ਸੀ ਪਰ ਸਰਕਾਰ ਉੱਤੇ ਭਾਜਪਾ ਦੀ ਹੈ ਸੀਨੀਅਰ ਅਧਿਕਾਰੀਆਂ ਦੇ ਨਾਲ ਮੋਰਚਿਆਂ ਦੇ ਆਗੂਆਂ ਦੇ ਉੱਤੇ ਫੋਨ ਦੇ ਨਾਲ ਗੱਲਬਾਤ ਕੀਤੀ ਗਈ ਹੈ ਗਾਜੀਪੁਰ ਬਾਰਡਰ ਦੇ ਉੱਤੇ ਅੰਦੋਲਨਕਾਰੀ ਕਿਸਾਨ ਆਗੂਆਂ ਨੂੰ ਕੋਸ਼ਾਂਬੀ ਥਾਣੇ ਦੇ ਐਸਐਚਓ ਮਹਿੰਦਰ ਸਿੰਘ ਤੇ ਹੋਰ پولیس ਅਧਿਕਾਰੀ ਆ ਕੇ ਮਿਲੇ ਨੇ ਇਹ ਕਿਹਾ ਜਾਰਿਆ ਹੈ ਕਿ ਉੱਤੋਂ ਦਬਾਅ ਪਾਉਣ ਕਰਕੇ ਇੱਕ ਪਾਸੜ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਹੈ ਗਾਜੀਪੁਰ ਮੋਰਚੇ ਦੇ ਬਲਾਰੇ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਦੇ ਵੱਲੋਂ ਵੀ ਦਬਾਅ ਬਣਾਇਆ ਜਾਊਗਾ ਪਰ ਉਹਨਾਂ ਨੇ ਕਿਹਾ ਕਿ ਬੀਤੇ ਦਿਨ ਇੱਕੋ ਸੰਭੀ ਥਾਣੇ ਦੀ ਪੁਲਿਸ ਨੇ ਕਿਸਾਨਾਂ ਦੀ ਸ਼ਿਕਾਇਤ ਹੀ ਸੁਣਨ ਤੋਂ ਨਾ ਕਰਤੀ ਜਿਹਦੇ ਕਰਕੇ ਪੁਲਿਸ ਦੀ ਨੀਅਤ ਜਿਹੜੀ ਆ ਉਹ ਸ਼ੱਕੀ ਹੋ ਗਈ ਆਰ ਗਾਜ਼ੀਆਬਾਦ ਦੇ ਵਾਲਮੀਕੀ ਭਾਈਚਾਰੇ ਦੇ ਆਗੂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਦੇ ਵਿੱਚ ਨਿੱਤਰ ਆਏ ਨੇ ਜੀ ਔਰ ਉਹਨਾਂ ਨੇ ਅੰਦੋਲਨ ਦਾ ਸਮਰਥਨ ਇੱਥੇ ਆ ਕੇ ਜਿਹੜਾ ਉਹ ਕੀਤਾ ਉਧਰ ਸੰਯੁਕਤ ਕਿਸਾਨ ਵੋਰਚੇ ਨੇ ਇਹ ਗੱਲ ਕਹੀ ਹੈ ਕਿ ਅਣਪਛਾਤੇ ਕਿਸਾਨਾਂ ਖਿਲਾਫ ਕੇਸ ਦਰਜ ਕਰਨ ਪਿੱਛੇ ਪੁਲਿਸ ਦੀ ਉਹੀ ਨੀਤੀ ਹੈ ਜਿਹਦੇ ਤਹਿਤ ਲਾਲ ਕਿਲਾ ਹਿੰਸਾ ਮਾਮਲੇ ਦੇ ਵਿੱਚ ਨੌਜਵਾਨਾਂ ਤੇ ਕਿਸਾਨਾਂ ਨੂੰ ਨਾਮਜ਼ਦ ਜਿਹੜਾ ਉਹ ਕੀਤਾ ਗਿਆ ਸੀਗਾ ਕਿਸਾਨ ਕੋਸ਼ਿਸ਼ ਕਰ ਰਿਹਾ ਹੈ ਕਿ ਸ਼ਿਕਾਇਤ ਦਰਜ ਕਰਵਾਈ ਜਾਵੇ ਦੂਜੀ ਧਿਰ ਦੇ ਉੱਤੇ ਵੀ ਪਰ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਤਰ ਪ੍ਰਦੇਸ਼ ਦੇ ਵਿੱਚ ਉਹਨੇ ਇਹ ਇੱਕ ਪਾਸੜ ਕਾਰਵਾਈ ਜਿਹੜੀ ਹੈ ਉਹ ਕਰ ਦਿੱਤੀ ਹੈ ਜੀ ਅੱਗੇ ਅ ਕੱਲ ਕਰਦੇ ਹੈ ਕਿ ਕਿਸਾਨਾਂ ਨੇ ਭਾਜਪਾ ਆਗੂ ਨੂੰ ਅਸ਼ਬਨੀ ਨੂੰ ਘੇਰਿਆ ਤੇ ਪੁਲਿਸ ਨੇ ਬੜੀ ਮੁਸ਼ਕਲ ਨਾਲ ਕੱਢਿਆ ਪਤਾ ਨਹੀਂ ਨਿਕਲਦੇ ਕਿਉਂ ਬਾਹਰ ਜਾ ਕੇ ਲੋਕ ਇਹਨਾਂ ਨੂੰ ਘੇਰਦੇ ਆ ਦੇਖੋ ਇਹ ਵੀ ਦਬਾਅ ਆ ਹਾਈ ਕਮਾਂਡ ਦਾ ਦਬਾਅ ਆ ਕਿ ਤੁਸੀਂ ਬਾਹਰ ਨਿਕਲੋ ਬਾਹਰ ਨਿਕਲ ਕੇ ਮੀਟਿੰਗਾਂ ਕਰੋ ਨਹੀਂ ਤਾਂ ਗੱਡੀਆਂ ਛੱਡ ਕੇ ਲਾਂਬੇ ਹੋ ਜਾਓ ਅਸੀਂ ਤੁਹਾਡੀ ਜਗ੍ਹਾ ਦੇ ਉੱਤੇ ਹੋਰ ਬੰਦੇ ਜਿਹੜੇ ਉਹ ਲਾ ਦਈਏ ਜਿਹਦੇ ਕਰਕੇ ਇਹ ਕਿਸਾਨਾਂ ਦੇ ਨਾਲ ਸਿੱਧਾ ਟਕਰਾਅ ਲੈ ਕੇ ਖਬਰਾਂ ਬਣਾ ਰਹੇ ਆ ਕਿ ਅਸੀਂ ਦੇਖੋ ਜੀ ਬਾਹਰ ਨਿਕਲਦੇ ਆ ਸਾਨੂੰ ਗੱਲ ਨਹੀਂ ਕੀਤੀ ਕਰਨ ਦਿੱਤੀ ਜਾ ਰਹੀ ਇੱਕ ਦਿਨ ਪਹਿਲਾਂ ਜਿਹੜਾ ਇਹ ਭਾਰਤੀ ਜਨਤਾ ਪਾਰਟੀ ਦੇ ਆਗੂ ਸੀ ਉਹਨਾਂ ਨੂੰ ਕੰਦ ਟਪਾ ਕੇ ਜਿਹੜਾ ਭਜਾਇਆ ਗਿਆ ਸੀਗਾ ਬਠਿੰਡੇ ਤੋਂ ਤੇ ਹੁਣ ਗੜਸ਼ੰਕਰ ਦੇ ਵਿੱਚ ਪਿੰਡ ਬੀਨੇਵਾਲ ਦੇ ਵਿੱਚ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਭਾਰਤੀ ਜਨਤਾ ਪਾਰਟੀ ਦਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਸਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਸਖਤ ਵਿਰੋਧ ਕੀਤਾ ਪੁਲਿਸ ਨੇ ਬੜੀ ਜਦੋਜਹਦ ਕਰਕੇ ਉਹਨੂੰ ਉਥੋਂ ਕੱਢਿਆ ਭਾਜਪਾ ਦਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਜਿਹੜੇ ਆਗੂ ਸੀਗੇ ਪਿੰਡ ਬੀਨੇਵਾਲ ਦੇ ਵਿੱਚ ਇੱਕ ਧਾਰਮਿਕ ਸਥਾਨ ਤੇ ਰੁਕੇ ਸੀ ਕਿਸਾਨਾਂ ਨੂੰ ਪਤਾ ਲੱਗ ਗਿਆ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਿਹੜੇ ਸੀ ਉਹ ਉੱਥੇ ਪਹੁੰਚ ਗਏ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਭਾਜਪਾ ਆਗੂ ਦੀ ਧਾਰਮਿਕ ਕੁਟਿਆ ਦੇ ਵਿੱਚੋਂ ਨਿਕਲਣ ਵੇਲੇ ਘੇਰਾਬੰਦੀ ਕਰ ਲਈ ਸਰਕਾਰ ਦੇ ਵਿਰੁੱਧ ਨਾਰੇਬਾਜ਼ੀ ਕੀਤੀ ਕਿਸਾਨਾਂ ਨੇ ਕੇਂਦਰ ਸਰਕਾਰ ਤੇ ਖੇਤੀ ਵਿਰੋਧੀ ਕਾਨੂੰਨ ਜਿਹੜੇ ਸੀ ਉਹ ਪਾਸ ਕਰਨ ਦਾ ਦੋਸ਼ ਜਿਹੜਾ ਉਹ ਲਾਇਆ ਔਰ ਇਹਨੂੰ ਜਿਹੜਾ ਉਹ ਘੇਰ ਲਿਆ ਪੁਲਿਸ ਵੱਡੀ ਗਿਣਤੀ ਦੇ ਵਿੱਚ ਉੱਥੇ ਪਹਿਲਾਂ ਵੀ ਸੀ ਹੋਰ ਜਿਹੜੀ ਪੁਲਿਸ ਮੰਗਾ ਲਈ ਗਈ ਜਦੋਂ ਕਿਸਾਨ ਜਿਹੜੇ ਸੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਏ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਧੱਕਾਮੁੱਕੀ ਵੀ ਹੋਈ ਪੁਲਿਸ ਦੀ ਮਦਦ ਦੇ ਨਾਲ ਭਾਜਪਾ ਆਗੂਆਂ ਦੀਆਂ ਗੱਡੀਆਂ ਦਾ ਕਾਫਲਾ ਬਹੁਤ ਮੁਸ਼ਕਲ ਦੇ ਨਾਲ ਉਥੋਂ ਜਿਹੜਾ ਸੀ ਉਹ ਕੱਢਿਆ ਗਿਆ ਔਰ ਉਹਨੂੰ ਫੇਰ ਮੰਜ਼ਲ ਵੱਲ ਤੋੜ ਕੇ ਪੁਲਿਸ ਨੇ ਸੁਖ ਦਾ ਸਾਹ ਲਿਆ ਇੱਕ ਵਾਰੀ ਇਹ ਲੱਗਣ ਲੱਗਿਆ ਸੀ ਕਿ ਸ਼ਾਇਦ ਅਸ਼ਵਨੀ ਸ਼ਰਮਾ ਦਾ ਇੱਥੋਂ ਨਿਕਲਣਾ ਬਹੁਤ ਔਖਾ ਹੋਊਗਾ ਜਿੱਦੀ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਆ ਕੇ ਇਸ ਕੁਟੀਆ ਨੂੰ ਘੇਰਾ ਪਾ ਲਿਆ ਸੀ ਜਿੱਥੇ ਉਹ ਆਇਆ ਸੀ ਉਧਰ ਦੂਜੇ ਪਾਸੇ ਫਾਜ਼ਲ ਕਾ ਦੇਲੇ ਦੇ ਪਿੰਡ ਫਿਰੋਜ਼ਪੁਰ ਦੇ ਸਾਬਕਾ ਸੰਸਦ ਮੈਂਬਰ ਫਾਜ਼ਲ ਕਾ ਦਾ ਵਿਧਾਇਕ ਦਵਿੰਦਰ ਸਿੰਘ ਘਬਾਇਆ ਦੇ ਪਿਓ ਸ਼ੇਰ ਸਿੰਘ ਘਬਾਇਆ ਨੂੰ ਕਿਸਾਨਾਂ ਨੇ ਘੇਰ ਲਿਆ ਉਹਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਜਦੋਂ ਉਹ ਪਿੰਡ ਦੇ ਵਿੱਚ ਦਾਖਲ ਹੋਣ ਲੱਗਾ ਤਾਂ ਭਾਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਉਹਦਾ ਵਿਰੋਧ ਕੀਤਾ ਕਿਸਾਨਾਂ ਨੇ ਕਿਹਾ ਕਿ ਉਹਨਾਂ ਦੇ ਪਿੰਡ ਦੇ ਵਿੱਚ ਸਿਆਸੀ ਆਗੂਆਂ ਦੇ ਬਰਨ ਤੇ ਬੋਲਣ ਦੇ ਉੱਤੇ ਪਾਬੰਦੀ ਲਾਈ ਹੋਈ ਹੈ ਘਬਾਇਆ ਤੇ ਕਿਸਾਨਾਂ ਦੇ ਵਿਚਾਲੇ ਤਿੱਖੀ ਬਹਿਸ ਹੋਈ ਤੇ ਸਾਬਕਾ ਸੰਸਦ ਮੈਂਬਰ ਨੂੰ ਆਪਣੇ ਰਿਸ਼ਤੇਦਾਰਾਂ ਦੇ ਨਾਲ ਮੁਲਾਕਾਤ ਕੀਤੇ ਬਿਨਾਂ ਪਿੰਡ ਲਾਧੂ ਘਾਟ ਮੁੜਨਾ ਪੈ ਗਿਆ ਦਵਿੰਦਰ ਸਿੰਘ ਘਬਾਏ ਦਾ ਵਿਰੋਧ ਵੀ ਪਹਿਲਾਂ ਜਿਹੜਾ ਉਹ ਕੀਤਾ ਗਿਆ ਸੀਗਾ ਜਦੋਂ ਕਿਸਾਨਾਂ ਨੇ ਸ਼ੇਰ ਸਿੰਘ ਘਬਾਏ ਦੀ ਗੱਡੀ ਰੋਕ ਲਈ ਉਹ ਬਾਹਰ ਨਿਕਲਿਆ ਉਹਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਬਹਿਸ-ਵਾਜੀ ਦੇ ਵਿੱਚ ਤਬਦੀਲ ਹੋ ਗਈ ਪ੍ਰਦਰਸ਼ਨਕਾਰੀਆਂ ਨੇ ਸਾਬਕਾ ਸੰਸਦ ਮੈਂਬਰ ਨੂੰ ਕਿਹਾ ਕਿ ਹਜ਼ਾਰਾਂ ਕਿਸਾਨ 7 ਮਹੀਨਿਆਂ ਤੋਂ ਟੋਲ ਪਲਾਜ਼ਿਆਂ ਤੇ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਆ ਉਹਨਾਂ ਦੀ ਸਾਰ ਲੈਣ ਕੋਈ ਨਹੀਂ ਗਿਆ ਤੇ ਸਿਆਸੀ ਆਗੂ ਸਿਆਸੀ ਰੋਟੀਆਂ ਆਪਣੀਆਂ ਜੜੀਆਂ ਉਹ ਸੇਕ ਰਹੇ ਆ ਜੋ ਜੋ ਚੋਣਾ ਆ ਰਹੀਆਂ ਨੇ ਪੰਜਾਬ ਦੇ ਵਿੱਚ ਨੇੜੇ ਕਿਉਂ ਕਿਉਂ ਆਗੂਆਂ ਦੀਆਂ ਫੇਰੀਆਂ ਵੱਧ ਰਹੀਆਂ ਨੇ ਪਰ ਕਿਸਾਨ ਵੀ ਉਨੇ ਹੀ ਸੁਚੇਤ ਨੇ ਜਿਹੜੇ ਕਿ ਕਿਸੇ ਵੀ ਸਿਆਸੀ ਆਗੂ ਨੂੰ ਪਿੰਡਾਂ ਦੇ ਵਿੱਚ ਬੋਲਣਾ ਤਾਂ ਦੂਰ ਦੀ ਗੱਲ ਵਰਨ ਵੀ ਨਹੀਂ ਦੇ ਰਹੇ ਜੀ ਜੀ ਕਾਫੀ ਕੁਝ ਹੋ ਰਿਹਾ ਹੈ ਅੱਗੇ ਅਸਾਮ ਦੀ ਜੇਲ੍ਹ ਦੇ ਵਿੱਚ ਇੱਕ ਬੈਠਾ ਹੀ ਬਿਧਾ ਇੱਕ ਬਣਾ ਦਿੱਤਾ ਗਿਆ ਤੇ ਅਦਾਲਤ ਨੇ ਉਸ ਨੂੰ ਬਰੀ ਕੀਤਾ ਕੋ ਅਸਾਮ ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਪਿਛਲੀਆਂ ਚੋਣਾਂ ਹੋਈਆਂ ਸੀਗੀਆਂ ਜੀ ਉਹਦੇ ਵਿੱਚ ਲੋਕਾਂ ਨੇ ਇਹਨੂੰ ਆਜ਼ਾਦ ਤੌਰ ਦੇ ਉੱਤੇ ਵਿਧਾਇਕ ਚੁਣ ਲਿਆ ਸੀਗਾ ਅਖਿਲ ਗੋਗੋਈ ਇਹ ਸੋਸ਼ਲ ਵਰਕਰ ਹੈ ਉਹਤੋਂ ਦਾ ਅਰੇ ਉਹਦੇ ਉੱਤੇ ਯੂਪੀਏ ਲਾਇਆ ਗਿਆ ਸੀਗਾ ਜੀ ਜਿਹੜੀ ਨਾਗਰਿਕਤਾ ਸੰਸ਼ੋਧਨ ਕਾਨੂੰਨ ਸੀਗਾ ਉਹਦੇ ਖਿਲਾਫ ਹਿੰਸਕ ਪ੍ਰਦਰਸ਼ਨ ਦੇ ਦੋਸ਼ ਲਾਏ ਗਏ ਸੀਗੇ ਇਹ ਪ੍ਰਦਰਸ਼ਨ ਅਸਮ ਦੇ ਚਾਂਦਮਰੀ ਇਲਾਕੇ ਦੇ ਵਿੱਚ ਦਸੰਬਰ 2019 ਦੇ ਵਿੱਚ ਹੋਏ ਸੀ ਅਦਾਲਤ ਨੇ ਆਪਣੇ ਹੁਕਮ ਚ ਕਿਹਾ ਕਿ ਹਿੰਸਾ ਦੇ ਵਾਸਤੇ ਉਕਸਾਏ ਬਿਨਾ ਨਾਕਾਬੰਦੀ ਕਰਨਾ ਗੈਰ ਕਾਨੂੰਨੀ ਗਤੀਵਿਧੀ ਰੋਕਥਾਮ ਕਾਨੂੰਨ ਯੂਏਪੀਏ ਦੇ ਤਹਿਤ ਅੱਤਵਾਦੀ ਜੁਰਮ ਨਹੀਂਗਾ ਅਖਨ ਗੋਗੋਈ ਨੂੰ ਜੇਲ੍ਹ ਦੇ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਗੁਹਾਟੀ ਦੀ ਵਿਸ਼ੇਸ਼ ਅਦਾਲਤ ਦੇ ਜੱਜ ਪ੍ਰੰਜਲ ਦਾਸ ਨੇ ਕਿਹਾ ਕਿ ਲੋਕਤੰਤਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਦੀ ਕਦੀ ਨਾਕਾਬੰਦੀ ਦਾ ਰੂਪ ਧਾਰਨ ਕਰ ਲੈਂਦਾ ਜਾਮਦਾ ਇਹਦੇ ਨਾਲ ਨਾਗਰਿਕਾਂ ਨੂੰ ਮੁਸ਼ਕਲ ਹੁੰਦੀ ਆ ਇਹਦੇ باوجود ਉਹਨੇ ਕਿਹਾ ਕਿ ਸ਼ੱਕੀ ਗੱਲ ਹੈ ਕਿ ਕੀ ਹਿੰਸਾ ਫਲਾਉਣ ਦੇ ਵਾਸਤੇ ਉਕਸਾਏ ਬਿਨਾ ਜਿਹੜੀ ਟੈਂਪਰੇਰੀ ਨਾਕਾਬੰਦੀ ਕੀਤੀ ਗਈ ਆ ਉਹ ਕੋਈ ਦੇਸ਼ਤਰੋ ਆ ਜੱਜ ਨੇ ਆਪਣੀ ਜੱਜਮੈਂਟ ਦੇ ਵਿੱਚ ਇਹ ਗੱਲ ਕਹੀ ਹੈ ਕਿ ਮੈਨੂੰ ਲੱਗਦਾ ਹੈ ਕਿ ਵਿਧਾਇਕ ਨੇ ਵੀ ਉਹਦੀ ਕੋਈ ਇਸ ਤਰ੍ਹਾਂ ਦੀ ਮਨਸ਼ਾ ਨਹੀਂ ਰਹੀ ਹੋਗੀ ਇਹਦੇ ਨਾਲ ਨਿਪਟਣ ਦੇ ਵਾਸਤੇ ਦੂਜੇ ਕਾਨੂੰਨ ਹੋ ਸਕਦੇ ਆ ਅਦਾਲਤ ਨੇ ਕਿਹਾ ਕਿ ਸਾਡੇ ਸਾਹਮਣੇ ਪੇਸ਼ ਭਾਸ਼ਣ ਦੇ ਵਿੱਚ ਗੋਗੋਈ ਨੂੰ ਹਿੰਸਾ ਦੇ ਵਾਸਤੇ ਉਕਸਾਉਣ ਦੇ ਮਾਮਲੇ ਦੇ ਵਿੱਚ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਪ੍ਰਦਰਸ਼ਨ ਦੇ ਦੌਰਾਨ ਹਿੰਸਾ ਤੇ ਜਾਇਦਾਦ ਦੇ ਨੁਕਸਾਨ ਦੇ ਪਿੱਛੇ ਵੀ ਗੋਗੋਈ ਦਾ ਹੱਥ ਹੋਣ ਦੇ ਕੋਈ ਸਬੂਤ ਨਹੀਂਗੇ ਐਦਾਂ ਦੀ ਕੋਈ ਸਮੱਗਰੀ ਨਹੀਂ ਜਿਹੜੀ ਸਾਬਤ ਕਰੇ ਕਿ ਗੋਗੋਈ ਦਾ ਇਹ ਜਿਹੜਾ ਭਾਸ਼ਣ ਸੀਗਾ ਦੇਸ਼ ਦੀ ਅਖੰਡਤਾ ਦੇ ਖਿਲਾਫ ਹੈ ਸ਼ਿਵ ਸਾਗਰ ਵਿਧਾਨ ਸਭਾ ਸੀਟ ਤੋਂ ਆਜ਼ਾਦ ਆ ਜਿੱਤੇ ਹੋਏ ਜਿਹੜਾ ਅਖਿਲ ਗੋਗੋਈ ਆ ਉਨੇ ਜਿਹੜਾ ਬਾਹਰ ਨਿਕਲ ਕੇ ਧੰਨਵਾਦ ਕੀਤਾ ਅਦਾਲਤ ਦਾ ਇਹ ਕਿਹਾ ਕਿ ਸੱਚ ਦੀ ਜਿੱਤ ਹੋਈ ਆ ਉਹਨੇ ਇਹ ਵੀ ਕਿਹਾ ਕਿ ਮੈਨੂੰ ਜੇਲ੍ਹ ਦੇ ਵਿੱਚ ਰੱਖਣ ਦੇ ਪਿੱਛੇ ਕੋਈ ਕਸਰ ਨਹੀਂ ਛੱਡੀ ਗਈ ਉਹਨੇ ਕਿਹਾ ਕਿ ਘਰ ਦੇ ਵਿੱਚ ਆਪਣਾ ਸਮਾਨ ਛੱਡਣ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ CAA ਦੇ ਖਿਲਾਫ ਅੰਦੋਲਨ ਦੇ ਵਿੱਚ ਜਾਨ ਗਵਾਉਣ ਵਾਲੇ ਸैम ਸਟੈਫਰਡ ਦੇ ਘਰ ਜਾਊਂਗਾ ਤੇ ਲੋਕਾਂ ਦਾ ਧੰਨਵਾਦ ਜਿਹੜਾ ਉਦੋਂ ਬਾਅਦ ਆ ਕੇ ਮੈਂ ਕਰੂੰਗਾ ਇਹ ਲਗਾਤਾਰ ਅਦਾਲਤਾਂ ਦੇ ਵਿੱਚੋਂ ਚਾਹੇ ਆਪਾਂ ਦੀਸ਼ਾ ਰਾਵੀ ਤੋਂ ਲਾ ਲਈਏ ਜਾਂ ਜੀਐਨਯੂ ਦੇ ਸਟੂਡੈਂਟ ਨੇ ਜਿਹਦੇ ਵਿੱਚ ਇੱਕ ਸਟੂਡੈਂਟ ਦਾਮੀਆਂ ਮਿਲਿਆ ਇਸਲਾਮੀਆਂ ਦਾ ਵੀ ਸੀ ਉਹਨਾਂ ਨੂੰ ਜ਼ਮਾਨਤ ਦਿੰਦਿਆਂ ਅਦਾਲਤ ਨੇ ਯੂਏਪੀਏ ਦੇ ਬਾਰੇ ਦੇ ਵਿੱਚ ਇੰਨਾ ਕੁ ਚੜਾਉ ਲਿਖਿਆ ਜਿਹੜੇ ਇੱਕ ਦਸਤਾਵੇਜ਼ ਬਣਦੇ ਤੁਰੇ ਜਾ ਰਹੇ ਨੇ ਉਸੇ ਤਰੀਕੇ ਦਾ ਇਹ ਕੇਸ ਅਖਿਲ ਗੋਗੋਈ ਵਾਲਾ ਵੀ ਬਣ ਗਿਆ ਜਿਹੜੇ ਪੰਜਾਬ ਦੇ ਅੰਮ੍ਰਿਤਸਰ ਤੋਂ ਨੌਜਵਾਨ ਜਿਹੜਾ ਜਗਰਾਜ ਸਿੰਘ ਸੀਗਾ ਜਿਹਦੇ ਉੱਤੇ 1 ਲੱਖ ਰੁਪਈਆ ਨਾਮ ਰੱਖਿਆ ਸੀਗਾ ਦਿੱਲੀ ਦੀ ਪੁਲਿਸ ਨੇ ਜਿਹਨੂੰ 3 ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀਗਾ ਦਿੱਲੀ ਦੀ ਪੁਲਿਸ ਦੇ ਵੱਲੋਂ ਉਹਦੀ ਵੀ ਜ਼ਮਾਨਤ ਹੋ ਗਈ ਜਿੰਨਾ ਵਿਧਾ ਚੜਾ ਕੇ ਪੇਸ਼ ਕੀਤਾ ਗਿਆ ਸੀਗਾ ਉਹਦੀ ਛੱਟ ਦੇਣੀ ਜਿਹੜੀ ਉਹ ਜ਼ਮਾਨਤ ਹੋ ਜਾਣੀ ਵੀ ਇਹ ਗੱਲ ਜਿਹੜੀ ਦੀ ਕਲੀਅਰ ਕਰ ਰਹੀ ਆ ਕਿ ਮਹਿਜ਼ ਪਰੇਸ਼ਾਨ ਕਰਨ ਦੇ ਵਾਸਤੇ ਇਹ ਸਾਰੇ ਮਾਮਲੇ ਜਿਹੜੇ ਆ ਉਹ ਦਰਜ ਕੀਤੇ ਜਾਂਦੇ ਆ ਪਰ ਇੰਨੀ ਤਸੱਲੀ ਵਾਲੀ ਗੱਲ ਆ ਕਿ ਇਹ ਮਾਮਲੇ ਅਦਾਲਤਾਂ ਦੇ ਵਿੱਚ ਹੁਣ ਠਹਿਰ ਨਹੀਂ ਰਹੇ ਜੀ ਬਿਲਕੁਲ ਅਰੀ ਸੈਂਟਰਲੀ ਦੋ ਕ ਜਮਾਨਤਾ ਇਸੇ ਤਰ੍ਹਾਂ ਹੀ ਹੋਈਆਂ ਤਾਂ ਅੱਕੇ ਗੱਲ ਕਰਦੇ ਹਾਂ ਕੇਂਦਰ ਦੀ ਸਰਕਾਰ ਵੱਲ ਜੀਐਸਟੀ ਦਾ ਪੰਜਾਬ ਦਾ ਪੈਸਾ ਬਹੁਤ ਹੀ ਜ਼ਿਆਦਾ ਹੈ ਕਿ ਇਹ ਸਦਾ ਸਤਾ ਬਿਲਕੁਲ ਜੀ ਇਹ ਐਕਚੁਅਲੀ ਜਿਹੜੇ ਪੰਜਾਬ ਦੇ ਖਾਲੀ ਖਜ਼ਾਨਾ ਮੰਤਰੀ ਨੇ ਮਿਰਜ਼ਾ ਗਾਲਬ ਮਨਪ੍ਰੀਤ ਸਿੰਘ ਬਾਦਲਹਰੀ ਉਹ ਬੜੇ ਵੱਡੇ ਸਪੋਰਟਰ ਸੀਗੇ ਜੀ ਕਿਸੇ ਵੇਲੇ ਜੀਐਸਟੀ ਦੇ ਜਿਹੜੀਆਂ ਮੀਟਿੰਗਾਂ ਜਾਂਦੇ ਸੀਗੇ ਜਦੋਂ ਜੀਐਸਟੀ ਦੀਆਂ ਤੇ ਇਹ ਗੱਲ ਕਹਿੰਦੇ ਸੀਗੇ ਕਿ ਜੀਐਸਟੀ ਤਾਂ ਇੱਕ ਰੈਵਲੂਸ਼ਨ ਜਿਹੜਾ ਦੀ ਉਹ ਲੈ ਕੇ ਆਉਗੀ ਅੱਜ ਕਿਤੇ ਪੁੱਛ ਕੇ ਦੇਖੋ ਉਹਨਾਂ ਨੂੰ ਕਿ ਕੀ ਹਾਲਾਤ ਨੇ ਪੰਜਾਬ ਦਾ ਕੇਂਦਰ ਸਰਕਾਰ ਦੇ ਵੱਲ ਜੀਐਸਟੀ ਦਾ ਮੁਆਵਜ਼ਾ ਵਧ ਕੇ ਹੁਣ 8495 ਕਰੋੜ ਰੁਪਏ ਹੋ ਗਿਆ ਰਾਜਾਂ ਨੇ ਹੱਥ ਵੜ ਕੇ ਕੇਂਦਰ ਦੀ ਸਰਕਾਰ ਨੂੰ ਦੇਤੇ ਕੇਂਦਰ ਦੀ ਸਰਕਾਰ ਬਾਕੀ ਸਾਰੇ ਟੈਕਸ ਜਿਹੜੇ ਦੀ ਉਹ ਖੁੰਝੇ ਲਾ ਕੇ ਜੀਐਸਟੀ ਦੇ ਰੂਪ ਦੇ ਵਿੱਚ ਪੈਸਾ ਇਕੱਠਾ ਕਰਕੇ ਲੈ ਜਾਂਦੀ ਹੈ ਤੇ ਉਹਦੇ ਰਹਿਮੋ ਕਰਮ ਦੇ ਉੱਤੇ ਹੋਗੇ ਰਾਜ ਜਿਹਨੂੰ ਉਹ ਚਾਹੁੰਦੀ ਹੈ ਉਹ ਦਿੰਦੀ ਹੈ 8495 ਕਰੋੜ ਰੁਪਏ ਦਾ ਬਕਾਇਆ ਜਿਹੜਾ ਜੀ ਉਹ ਕੇਂਦਰ ਦੀ ਵੱਲ ਹੋ ਗਿਆ ਜੀਐਸਟੀ ਤੋਂ ਚੰਗਾ ਮਾਲੀਆ ਇਕੱਠਾ ਹੋਣ ਵਜੋਂ 30 ਜੂਨ ਤੱਕ ਕੇਂਦਰ ਦੇ ਵੱਲ ਜੀਐਸਟੀ ਦੀ ਇਹ ਰਕਮ ਇੰਨੀ ਹੋਈ ਹੈ ਇਹਦੇ باوجود ਪੰਜਾਬ ਦੇ ਕਾਰੋਬਾਰੀ ਭਾਈਚਾਰੇ ਨੇ ਰਿਟਰਨ ਭਰਨ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਜੂਨ 2021 ਦੇ ਦੌਰਾਨ ਆਪਣੇ ਜੀਐਸਟੀ ਬਕਾਏ ਦੀ ਅਦਾਇਗੀ ਵੇਲੇ ਸਮੇਂ ਸਿਰ ਸ਼ਾਨਦਾਰ ਸਥਿਰਤਾ ਤੇ ਸਮਰਥਾ ਵਿਖਾਈ ਹੈ ਇਹਦੇ ਨਤੀਜੇ ਦੇ ਵਜੋਂ ਜੂਨ ਮਹੀਨੇ GST ਤੋਂ 1087 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਜਦੋਂ ਕਿ ਪਿਛਲੇ ਸਾਲ ਜੂਨ 2020 ਦੇ ਵਿੱਚ 869.64 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਸੀਗਾ ਕਰ ਵਿਭਾਗ ਜਿਹੜਾ ਦੀ ਉਹ ਕਹਿੰਦਾ ਕਿ GST ਤੋਂ ਜੂਨ 2020 ਦੇ ਮੁਕਾਬਲੇ ਜੂਨ 2021 ਦੇ ਵਿੱਚ 25.6% ਦੀ ਵੱਧ ਪੈਸਾ ਇਕੱਠਾ ਹੋਇਆ ਜੂਨ 2021 ਜਿਹੜੀ ਕਿ ਪਹਿਲੀ ਤਿमाही ਹੈ ਉਦਾ ਜੀਐਸਟੀ ਮਾਲੀਆ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 123.48% ਦੀ ਵਾਧਾ ਜੂਨ 21 ਦੇ ਦੌਰਾਨ ਵੈਟ ਤੇ ਸੀਐਸਟੀ ਤੋਂ 699.27 ਕਰੋੜ ਤੇ 20.96 ਕਰੋੜ ਰੁਪਏ ਦਾ ਮਾਲੀਆ ਮਿਲਿਆ ਜਿਦੇ ਵਿੱਚ ਜੂਨ 220 ਦੇ ਵਿੱਚ ਮਾਲੀਏ ਦੇ ਮੁਕਾਬਲੇ 42.37% ਦੀ ਤੇ 104.90% ਦੀ ਵਾਧਾ ਦਰਜ ਕੀਤਾ ਗਿਆ ਔਰ ਪੈਸਾ ਜਿਹੜਾ ਉਹ ਸੈਂਟਰ ਦੀ ਸਰਕਾਰ ਨੂੰ ਇਕੱਠਾ ਵੱਧ ਹੋ ਰਿਹਾ ਪਰ ਸੈਂਟਰ ਦੀ ਸਰਕਾਰ ਜਿਹੜੀ ਹੈ ਜੀ ਉਹਦੇ ਨਹੀਂ ਰਹੀ ਉਧਰ ਤੁਸੀਂ ਦੇਖੋ ਕਿ ਜਿਹੜਾ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਕੇਂਦਰ ਦੀ ਸਰਕਾਰ ਨੇ ਇਸ ਮਹਾਮਾਰੀ ਦੇ ਵਿੱਚ 3.4 ਲੱਖ ਕਰੋੜ ਰੁਪਈਆ ਇਕੱਠਾ ਕਰ ਲਿਆ ਪੈਟਰੋਲ ਡੀਜ਼ਲ ਤੋਂ ਅਜੇ ਬਹੁਤ ਸਾਰੇ ਲੋਕ ਇਹ ਕਹਿੰਦੇ ਕਿ ਇੱਥੇ ਟੈਕਸ ਫੇਰ ਬੜੇ ਘਟਨੇ ਉਹ ਸਿਰਫ ਇਨਕਮ ਟੈਕਸ ਵਾਲੇ ਦੇਖਦੇ ਨੇ ਦੂਜੇ ਰੂਪ ਦੇ ਵਿੱਚ ਜਵੇਂ ਲੋਕਾਂ ਦੇ ਉੱਤੇ ਟੈਕਸ ਲੱਦ ਦਿੱਤੇ ਗਏ ਆ ਲੋਕਾਂ ਦਾ ਜਿਹੜਾ ਜੀ ਉਚਾਰ ਚ ਫੇਰੇ ਤੋਂ ਧੂਆਂ ਨਿਕਲਿਆ ਹੋਇਆ ਰਾਜਾਂ ਦਾ ਇਹ GST ਦੇ ਰੂਪ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਕੱਢਤਾ ਹੈ ਸਰਕਾਰ ਨੇ ਤਾਂ ਹੱਥੇ ਰੰਗੇ ਆ ਜੀ ਬਾਕੀ ਸਰਕਾਰਾਂ ਨੇ ਦਿੱਤਾ ਤੇ ਅਖੀਰਲਾ ਜਾਂ ਮੇਰਾ ਸਵਾਲ ਇਹ ਆ ਕਿ ਸੁਖਵੀਰ ਬਾਦਲ ਖੱਡਾਂ ਵੇਖਣ ਗਏ ਜਿੱਦਾਂ ਕਿਤੇ ਪਤਾ ਹੀ ਨਹੀਂ ਹੁੰਦਾ ਤੇ ਉਹਨਾਂ ਤੇ ਮਾਮਲਾ ਦਰਜ ਹੋ ਗਿਆ ਬਿਲਕੁਲ ਇਹ ਐਕਚੁਅਲੀ ਜਿਹੜੀ ਮਾਈਨਿੰਗ ਆ ਜੀ ਪੰਜਾਬ ਦੇ ਵਿੱਚ ਮਾਈਨਿੰਗ ਜਿਹੜੀ ਆ ਇਹ ਕੋਈ 93 94 1993 94 ਦੇ ਦੌਰ ਦੇ ਵਿੱਚ ਸਟਾਰਟ ਹੁੰਦੀ ਆ ਜਦੋਂ ਜਿਹੜਾ ਬੈਂਤ ਸਿੰਘ ਹੋਰਾਂ ਦਾ ਰਾਜ ਆਉਂਦਾ ਉਦੋਂ ਪਹਿਲਾਂ ਜਿਹੜਾ ਰਾਜਪਾਲ ਦਾ ਰਾਜ ਸੀ ਉਹਦੇ ਵਿੱਚ ਮਾੜੀ ਮੋਟੀ ਕੁਝ ਅਫਸਰਾਂ ਨੇ ਇਹ ਇੱਕ ਕਿਸਮ ਦੇ ਨਾਲ ਸ਼ੁਰੂਆਤ ਕੀਤੀ ਸੀ ਫਿਰ ਉਹਦੇ ਵਿੱਚ ਜਿਹੜਾ ਜੀ ਇਹ ਖੱਡਾਂ ਦੇ ਵਿੱਚੋਂ ਰੇਤਾ ਕੱਢਣ ਦਾ ਨਜਾਇਜ਼ ਕੰਮ ਸ਼ੁਰੂ ਹੁੰਦਾ ਪਰ ਥੋੜਾ ਬਹੁਤਾ ਸੀਗਾ ਫਿਰ ਬਾਦਲ ਰਾਜ ਆਇਆ 97 ਦੇ ਵਿੱਚ ਇਹ ਕੰਮ ਜੋਰਾਂ ਸ਼ੋਰਾਂ ਦੇ ਨਾਲ ਸ਼ੁਰੂ ਹੋ ਗਿਆ ਕੋਕਾ ਸੁਖਵੀਰ ਸਿੰਘ ਬਾਦਲਹੂਰੀ ਵੀ ਫੁੱਲ ਟਾਈਮ ਜਿਹੜਾ ਸੀ ਰਾਜਨੀਤੀ 'ਚ ਆ ਗਏ ਫਿਰ ਜਦੋਂ 2002 ਤੋਂ ਲੈ ਕੇ 7 ਤੱਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਆਈ ਤੇ ਇਹ 97 ਵਾਲੀ ਸਰਕਾਰ ਤੋਂ ਜ਼ਿਆਦਾ ਹੋਰ ਜੋਰ ਸ਼ੋਰ ਦੇ ਨਾਲ ਸਟਾਰਟ ਹੋ ਗਿਆ ਫਿਰ 7 ਤੋਂ ਲੈ ਕੇ 17 ਤੱਕ ਸਿਖਰ ਦੇ ਉੱਤੇ ਚਲੇ ਗਿਆ ਇਹ ਕੰਮ ਔਰ 17 ਤੋਂ ਕਾਂਗਰਸ ਦੀ ਜਿਹੜੀ ਸਰਕਾਰ ਸੀ ਉਹਦੇ ਵਿੱਚ ਜਿਹੜੇ ਸ਼ਾਮਲ ਲੋਕ ਸੀ ਜਾਂ ਸਰਕਾਰ ਨੇ ਤਾਂ ਨਾ ਤਾਂ ਅਫਸਰ ਬਦਲੇ ਨਾ ਸੀਨੀਅਰ ਅਫਸਰ ਬਦਲੇ ਨਾ ਟੈਪਰ ਬਦਲੇ ਨਾ ਮਸ਼ੀਨਾਂ ਬਦਲੀਆਂ ਮਹਿਜ਼ ਮਹੀਨੇ ਲੈਣ ਵਾਲੇ ਜਿਹੜੇ ਸੀ ਉਹ ਬਦਲ ਗਏ ਜਿੰਨੀ ਲੁੱਟ ਮੌਜੂਦਾ ਸਰਕਾਰ ਦੇ ਵਿੱਚ ਖੱਡਾਂ ਦੇ ਰੂਪ ਦੇ ਵਿੱਚ ਰੇਤ mafias ਨੇ ਮਚਾਈ ਆ ਪਿਛਲੇ ਸਾਲਾਂ ਦੇ ਰਿਕਾਰਡ ਜਿਹੜੇ ਉਹ ਸੈੱਟ ਹੋ ਗਏ ਜਿਹੜੇ ਅਕਾਲੀ ਦਲ ਵਾਲੇ ਨੇ ਦੀ ਉਹ ਹੱਥਾਂ ਤੇ ਤਾਂ ਥੁੱਕੀ ਫਿਰਦੇ ਆ ਵੀ ਕਿਸੇ ਟਾਈਮ ਅਸੀਂ ਕਮਾਉਂਦੇ ਸੀ ਅੱਜ ਸਾਨੂੰ ਇੱਥੋਂ ਕਮਾਈ ਨਹੀਂ ਹੋ ਰਹੀ ਕਾਂਗਰਸੀ ਜਿਹੜੇ ਕਮਾਈ ਜਾ ਰਹੇ ਸੁਖਵੀਰ ਸਿੰਘ ਬਾਦਲੂਰੀ ਖੱਡਾਂ ਵੇਖਣ ਗਏ ਸੀ ਵੀ ਆਹ ਦੇਖੋ ਜੀ ਮਾਈਨਿੰਗ ਹੋ ਰਹੀ ਆ ਤੇ ਛਾਪਾ ਉਹਨਾਂ ਨੇ ਇੱਕ ਜਣਾ ਮਾਰਿਆ ਸੀ ਉਹਨਾਂ ਨੂੰ ਕਿਹੜਾ ਭੁੱਲ ਸੀ ਨਾਲ ਰੋਜੀ ਬਰਕੰਦੀ ਨੂੰ ਲੈ ਜਾਂਦੇ ਜਿਹਨੂੰ ਰੇਤਾ ਬਰਕੰਦੀ ਦੇ ਤੌਰ ਤੇ ਵੀ ਲੋਕ ਜਾਣਦੇ ਆ ਉਹਨੇ ਤੱਕ ਟਿਪਰਾਂ ਦੇ ਨੰਬਰ ਵੀ ਦੱਸ ਦਿੰਨੇ ਸੀਗੇ ਕਿਹੜੇ ਕਿਹੜੇ ਕਿੱਥੋਂ ਕਿੱਥੋਂ ਕਿੰਨੇ ਜਿਹੜਾ ਉਹ ਨਿਕਲਦੇ ਸੀ ਉਹ ਲੈ ਕੇ ਆਪਣੇ ਨਾਲ ਦੋ ਤਿੰਨ ਜਣਿਆਂ ਨੂੰ ਗਏ ਸੀਗੇ ਹੁਣ ਅਮਰਪਾਲ ਬੋਨੀ ਨਾਲ ਸੀ ਵਰਚਾ ਸਿੰਘ ਮਲਟੋਆ ਸੀ ਇਸ ਮਾਮਲੇ ਦੇ ਉੱਤੇ ਪੁਲਿਸ ਨੇ ਬਿਆਸ ਦਰਿਆ ਦੇ ਵਿੱਚ ਜਿਹੜੀ ਇਹ ਮਾਈਨਿੰਗ ਹੁੰਦੀ ਆ ਇਹ ਕਿਹਾ ਕਿ ਇੱਥੇ ਕਾਨੂੰਨੀ ਮਾਈਨਿੰਗ ਹੁੰਦੀ ਆ ਇਹਨਾਂ ਤਿੰਨਾਂ ਜਣਿਆਂ ਨੂੰ ਸੁਖਬੀਰ ਸਿੰਘ ਬਾਦਲ ਵਿਰਸਾ ਸਿੰਘ ਵਲਟੋਹਾ ਤੇ ਅਮਰਪਾਲ ਬੋਨੀ ਇਹਨਾਂ ਨੂੰ ਨਾਮਜ਼ਦ ਕੀਤਾ ਇਹ ਕਿਹਾ ਗਿਆ ਕਿ ਇਹਨਾਂ ਦੇ ਖਿਲਾਫ ਜਿਹੜੀਆਂ ਧਰਾਵਾਂ ਲਾਈਆਂ ਗਈਆਂ ਨੇ ਇੱਕ ਤਾਂ ਪੁਲਿਸ ਦੇ ਕੰਮਾਂ ਦੇ ਵਿੱਚ ਰੋਕ ਲਾਉਣ ਦੀ ਲਾਈ ਗਈ ਹੈ ਇਹ ਮਹਾਮਾਰੀ ਦੀ ਜਿਹੜੀ ਧਾਰਾ 188 ਉਹਦੇ ਤਹਿਤ ਮਾਮਲਾ ਇਹ ਦਰਜ ਕੀਤਾ ਗਿਆ ਇਹਦੇ ਸਬੰਧੀ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਤੇ ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਇਹ ਰਖਲਾਪ ਨਜਾਇਜ਼ ਮਾਈਨਿੰਗ ਦੇ ਦੋਸ਼ 'ਤੇ ਹੇਠ ਪੁਲਿਸ ਦੇ ਕੋਲੇ ਸ਼ਿਕਾਇਤ ਵੀ ਦਰਜ ਕਰਾਈ ਗਈ ਸੀ ਇਹਨਾਂ ਨੇ ਸ਼ਿਕਾਇਤ ਦਰਜ ਕਰਾਈ ਸੀ ਕਿਉਂਕਿ ਕਾਰੋਬਾਰ ਸਾਰਾ ਇਹਨਾਂ ਦਾ ਹੀ ਹੈ ਇਹਨਾਂ ਦੇ ਨਾਂ ਦੇ ਵਿੱਚ ਬਾਜੇ ਦੇ ਖੇਤਰ ਦੇ ਵਿੱਚ ਪਰ ਇਹ ਕੰਪਨੀ ਨੇ ਇਹ ਦਾਵਾ ਕੀਤਾ ਸੀਗਾ ਕਿ ਇੱਥੇ ਤਾਂ ਕਾਨੂੰਨੀ ਢੰਗ ਦੇ ਨਾਲ ਜਿਹੜੀ ਆ ਉਹ ਮਾਈਨਿੰਗ ਹੋ ਰਹੀ ਆ ਗੈਰ ਕਾਨੂੰਨੀ ਨਹੀਂ ਇਦੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਝਾਟੀ ਦੇ ਕੇ ਉੱਤੋਂ ਦੀ ਹੈਲੀਕਾਪਟਰ ਤੋਂ ਵੇਖਿਆ ਸੀਗਾ ਵੀ ਖੱਡਾਂ ਤੇ ਕੰਮ ਠੀਕ ਚੱਲ ਰਿਹਾ ਫੋਟੋਆਂ ਆਏ ਲਵਾਤੀਆਂ ਕਿ ਨਜਾਇਜ਼ ਜਿਹੜੀ ਮਾਈਨਿੰਗ ਹੋ ਰਹੀ ਆ ਉਦੇ ਉੱਤੇ ਸ਼ਿਕੰਜਾ ਤਸਿਆ ਜਾਊਗਾ ਕਿਹੜੀ ਨਜਾਇਜ਼ ਮਾਈਨਿੰਗ ਕਿਹੜਾ ਸ਼ਿਕੰਜਾ ਦੋਨਾਂ ਹੱਥਾਂ ਦੇ ਨਾਲ ਪੰਜਾਬ ਦੇ ਇਹ ਸਰੋਤ ਜਿਹੜੇ ਆ ਉਹ ਲੁੱਟੇ ਜਾ ਰਹੇ ਆ ਲੁੱਟੇ ਕੇਸ ਪੱਧਰ ਤੱਕ ਜਾ ਰਹੇ ਆ ਇਉਂ ਲੱਗਦਾ ਹੈ ਕਿ ਜਿਵੇਂ ਇਹਨਾਂ ਨੇ ਲੁੱਟ ਲੁੱਟ ਕੇ ਧਰਤੀ ਜਿਹੜੀ ਆ ਨਾ ਦੀ ਉਹ ਮੁਕਾ ਦੇਣੀ ਆ ਜਿਹੜਾ ਪੱਤਣ ਹੈ ਇੱਥੇ ਲਿਆ ਤਾਂ ਪਾਣੀ ਡੂੰਘੇ ਹੋਗੇ ਪਾਣੀ ਚਲੇਗੇ ਬਹੁਤ ਥੱਲੇ ਨਹੀਂ ਤਾਂ ਅਦਰਵਾਇਜ਼ ਕਸਰ ਕੋਈ ਨਹੀਂ ਛੱਡੀਏ ਨਾ 25 25 ਫੁੱਟ 30 30 ਫੁੱਟ ਡੂੰਘੇ ਦਰਿਆ ਜਿਹੜੇ ਉਹ ਪੁੱਟ ਦਿੱਤੇ ਜੇ ਪੈਂਦੀ ਨਹੀਂ ਮੌਨਸੂਨ ਬਹੁਤੀ ਜਿਆਦਾ ਮੀਂਹ ਆਗੇ ਤੇ ਕੋਈ ਪਤਾ ਨਹੀਂ ਕਿ ਕਿਹੜੇ ਕਿਹੜੇ ਪੁળા ਨੂੰ ਜਿਹੜਾ ਜੀ ਉਹ ਖਤਰਾ ਖੜਾ ਹੋ ਜਾਣਾ ਇਸ ਮਾਈਨਿੰਗ ਦੀ ਵਜ੍ਹਾ ਕਰਕੇ ਸਰਕਾਰਾਂ ਨੂੰ ਨਹੀਂ ਜੀ ਦਿਸਦਾ ਕਿਉਂ ਨਹੀਂ ਦਿਸਦਾ ਕਿਉਂਕਿ ਹਰੇਕ ਦਾ ਸਮਾਨ ਬੜੀ ਇਮਾਨਦਾਰੀ ਦੇ ਨਾਲ ਉਹਨਾਂ ਦੇ ਘਰਾਂ 'ਚ ਪਹੁੰਚ ਜਾਂਦਾ ਹੈ ਬਿਲਕੁਲ ਜੀ ਧਰਤੀ ਛਲਣੀ ਕਰਕੇ ਰੱਖ ਦਿੱਤੀ ਇਹਨਾਂ ਨੇ ਬਹੁਤ-ਬਹੁਤ ਧੰਨਵਾਦ ਬਲਤੇਸਪਨ ਜੀ ਮਿਹਰਬਾਨੀ ਜੀ ਧੰਨਵਾਦ ਜੀ ਸੱਚ ਗਿਆ ਸਤਿ ਸ਼੍ਰੀ ਅਕਾਲ ਜੀ ਤੇ ਸ੍ਰੋਤੇ ਸਨਪਲ ਤੇਜ ਪੰਨੂ ਜੀ ਸਟੇਨ ਜੁੜਤੇ ਨੇ ਕਰਦੇ ਨੇ ਖਬਰਾਂ ਇਸੇ ਦੇ ਨਾਲ ਸਟ ਅੱਜ ਦਾ ਬੁਲਟਿਨ ਇਥੇ ਸਮਾਪਤ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ